Chan Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 184ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਗੌੜੀ ਗੁਆਰਰੀ ਮਹਿਲਾ ਪੰਜਵਾਂ, ਜਿਸ ਮਨ ਵਸੈ ਤਰੈ ਜਨ ਸੋਏ, ਜਾਕੈ ਕਰਮ ਪ੍ਰਾਪਤ ਹੋਏ। ਦੁਖ ਰੋਗ ਕਛੁ ਭਉ ਨਾ ਵਿਆਪੈ, ਅੰਮ੍ਰਿਤ ਨਾਮ ਹਿਰਦੈ ਹਰਿ ਜਾਪੈ। ਜਿਹੜੇ ਮਨੁੱਖ ਦੇ ਮਨ ਦੇ ਵਿੱਚ ਉਹ ਪਰਮਾਤਮਾ ਵਸਦਾ ਹੈ, ਜਿਸ ਮਨ ਵਸੈ ਤਰੈ ਜਨ ਸੋਏ, ਉਹ ਮਨੁੱਖ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ, ਸਰ ਕਰ ਲੈਂਦਾ ਹੈ। ਹੁਣ ਗੱਲ ਇਹ ਹੈ ਕਿ ਆਪਾਂ ਕਹਿੰਦੇ ਹਾਂ ਜਾਂ ਗੁਰੂ ਜੀ ਕਹਿੰਦੇ ਹਨ ਕਿ ਪਰਮਾਤਮਾ ਹਰ ਇੱਕ ਜੀਵ ਦੇ ਅੰਦਰ ਵਸਦਾ ਹੈ, ਅਤੇ ਇਸ ਗੱਲ ਦੇ ਵਿੱਚ ਕੋਈ ਝੂਠ ਨਹੀਂ ਹੈ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਪਰਮਾਤਮਾ ਹਰ ਇੱਕ ਜੀਵ ਦੇ ਅੰਦਰ ਵਸਦਾ ਹੈ ਤਾਂ ਫਿਰ ਹਰ ਕੋਈ ਜੀਵ ਕਿਉਂ ਨਹੀਂ ਤਰ ਜਾਂਦਾ। ਗੱਲ ਹੈ ਉਸ ਵਸਦੇ ਹੋਏ ਪਰਮਾਤਮਾ ਨੂੰ ਪਛਾਣਨ ਦੀ, ਉਹਨੂੰ ਮੰਨ ਲੈਣ ਦੀ। ਬਹੁਤੇ ਮਨੁੱਖ ਅੱਜ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਕਿ ਪਰਮਾਤਮਾ ਉਹਨਾਂ ਦੇ ਅੰਦਰ ਹੀ ਵਸਦਾ ਹੈ। ਉਹ ਅੱਜ ਵੀ ਉਸ ਪਰਮਾਤਮਾ ਨੂੰ ਲੱਭਣ ਦੇ ਲਈ ਦੂਰ ਦੁਰਾਡੀਆਂ ਥਾਵਾਂ 'ਤੇ ਜਾਂਦੇ ਨੇ, ਮੰਦਰਾਂ ਗੁਰਦੁਆਰਿਆਂ ਦੇ ਵਿੱਚ ਜਾਂਦੇ ਨੇ। ਉਹਨਾਂ ਦੇ ਲਈ ਪਰਮਾਤਮਾ ਉੱਥੇ ਹੀ ਵਸਦਾ ਹੈ। ਉਹ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਕਿ ਪਰਮਾਤਮਾ ਉਹਨਾਂ ਦੇ ਅੰਦਰ ਵੀ ਵਸਦਾ ਹੈ। ਜਿਹੜੇ ਮਨੁੱਖ ਨੇ ਸੰਪੂਰਨ ਤੌਰ 'ਤੇ ਇਸ ਗੱਲ ਨੂੰ ਸਵੀਕਾਰ ਕਰ ਲਿਆ, ਆਪਣੇ ਅੰਦਰ ਉਸ ਪਰਮਾਤਮਾ ਨੂੰ ਪਛਾਣ ਲਿਆ, ਉਹਦੇ ਮਨ ਦੇ ਵਿੱਚ ਉਹ ਪਰਮਾਤਮਾ ਆ ਵਸਦਾ ਹੈ, ਅਤੇ ਉਹ ਮਨੁੱਖ ਇਸ ਸੰਸਾਰ ਸਮੁੰਦਰ ਨੂੰ ਤਰ ਲੈਂਦਾ ਹੈ। ਸੰਖੇਪ ਦੇ ਵਿੱਚ ਗੱਲ ਕਰੀਏ ਤਾਂ ਗੱਲ ਇੰਨੀ ਕੁ ਹੈ ਕਿ ਵਸਦਾ ਤੁਹਾਡੇ ਅੰਦਰ ਹੀ ਹੈ। ਤੁਸੀਂ ਉਸ ਵਸਦੇ ਹੋਏ ਨੂੰ ਮੰਨਦੇ ਹੋ ਜਾਂ ਨਹੀਂ, ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਸੰਸਾਰ ਸਮੁੰਦਰ ਨੂੰ ਕਿੰਨੇ ਕੁ ਸੌਖੇ ਤਰੀਕੇ ਦੇ ਨਾਲ ਤਰੋਂਗੇ। ਜਾ ਕੇ ਕਰਮ ਪ੍ਰਾਪਤ ਹੋਏ, ਉਹ ਜੋ ਪਰਮਾਤਮਾ ਹੈ ਉਸ ਪਰਮਾਤਮਾ ਦੇ ਬਖਸ਼ਿਸ਼ ਦੇ ਨਾਲ ਹੀ ਸਾਨੂੰ ਮਿਲਦਾ ਹੈ। ਜਦੋਂ ਪਰਮਾਤਮਾ ਦਾ ਕਰਮ ਸਾਡੇ 'ਤੇ ਹੁੰਦਾ ਹੈ, ਉਹਦੀ ਦਇਆ ਸਾਡੇ ਉੱਪਰ ਹੁੰਦੀ ਹੈ, ਤਦ ਹੀ ਅਸੀਂ ਉਹਨੂੰ ਆਪਣੇ ਅੰਦਰੋਂ ਪਛਾਣ ਪਾਉਂਦੇ ਹਾਂ। ਅੰਮ੍ਰਿਤ ਨਾਮ ਹਿਰਦੈ ਹਰਿ ਜਾਪੈ, ਜਿਹੜਾ ਮਨੁੱਖ ਆਪਣੇ ਹਿਰਦੇ ਦੇ ਵਿੱਚ ਉਸ ਅੰਮ੍ਰਿਤ ਰੂਪੀ ਨਾਮ ਨੂੰ ਜਪਦਾ ਹੈ, ਦੁੱਖ ਰੋਗ ਕਛੁ ਭਉ ਨਾ ਵਿਆਪੈ, ਉਸ ਮਨੁੱਖ ਨੂੰ ਨਾ ਕੋਈ ਦੁੱਖ, ਨਾ ਕੋਈ ਰੋਗ ਅਤੇ ਨਾ ਕੋਈ ਡਰ ਵਿਆਪ ਸਕਦਾ ਹੈ। ਇਹ ਤਿੰਨੇ ਹੀ ਚੀਜ਼ਾਂ ਉਹਨੂੰ ਤੰਗ ਨਹੀਂ ਕਰ ਸਕਦੀਆਂ। ਇੱਥੇ ਵੀ ਇਹ ਨਹੀਂ ਹੈ ਕਿ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਵੇਗਾ ਹੀ ਨਹੀਂ, ਤੁਹਾਨੂੰ ਕੋਈ ਰੋਗ ਲੱਗੇਗਾ ਹੀ ਨਹੀਂ, ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਪਲ ਆਏਗਾ ਹੀ ਨਹੀਂ ਜਿਸ ਤੋਂ ਕਿ ਹਰ ਇਨਸਾਨ ਡਰਦਾ ਹੈ। ਫਰਕ ਇੰਨਾ ਪੈ ਜਾਂਦਾ ਹੈ ਕਿ ਜਦੋਂ ਤੁਸੀਂ ਉਸ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਹੋ ਤਾਂ ਦੁੱਖ ਆਉਣ 'ਤੇ ਵੀ ਤੁਸੀਂ ਦੁਖੀ ਨਹੀਂ ਹੁੰਦੇ। ਦੁੱਖ ਆਉਣਾ, ਜੇ ਇਸ ਗੱਲ ਨੂੰ ਅਸੀਂ ਲੈ ਕੇ ਚੱਲੀਏ, ਸਾਡਾ ਕੋਈ ਕਰੀਬੀ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਇਸ ਦੁਨੀਆ ਨੂੰ ਅਲਵਿਦਾ ਆਖ ਜਾਏ ਤਾਂ ਉਹ ਇੱਕ ਦੁੱਖ ਦੀ ਘੜੀ ਹੈ। ਸਾਡੀ ਕੋਈ ਨੌਕਰੀ ਛੁੱਟ ਜਾਏ, ਸਾਡਾ ਕੋਈ ਕਿਸੇ ਪ੍ਰਕਾਰ ਦਾ ਨੁਕਸਾਨ ਹੋ ਜਾਏ, ਉਹ ਦੁੱਖ ਦੀ ਘੜੀ ਹੈ। ਸਾਨੂੰ ਕੋਈ ਬਿਮਾਰੀ ਲੱਗ ਜਾਏ, ਉਹ ਰੋਗ ਹੈ। ਸਾਡੇ ਸਾਹਮਣੇ ਕੋਈ ਸੱਪ ਆਣ ਖਲੋ ਜਾਏ ਜਾਂ ਕੋਈ ਜੰਗਲੀ ਜਾਨਵਰ ਆਣ ਖਲੋ ਜਾਏ ਜਾਂ ਸਾਡੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਖਤਰਾ ਬਣ ਜਾਏ ਤਾਂ ਉਹ ਡਰ ਦੀ ਘੜੀ ਹੈ। ਪਰਮਾਤਮਾ ਦਾ ਨਾਮ ਜਦੋਂ ਅਸੀਂ ਜਪਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਇਹਨਾਂ ਘੜੀਆਂ ਦਾ ਆਉਣਾ ਖਤਮ ਨਹੀਂ ਹੋ ਜਾਂਦਾ। ਇਹ ਨਹੀਂ ਹੋ ਜਾਂਦਾ ਕਿ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ ਤਾਂ ਸਾਡਾ ਕੋਈ ਕਰੀਬੀ ਸਾਨੂੰ ਛੱਡ ਕੇ ਹੀ ਨਹੀਂ ਜਾਏਗਾ ਜਾਂ ਕਦੇ ਸਾਡਾ ਕੋਈ ਨੁਕਸਾਨ ਹੋਏਗਾ ਹੀ ਨਹੀਂ। ਘੜੀਆਂ ਆਉਣਗੀਆਂ, ਦੁੱਖ ਵੀ ਆਉਣਗੇ, ਰੋਗ ਵੀ ਲੱਗਣਗੇ, ਡਰ ਦੀਆਂ ਸਥਿਤੀਆਂ ਵੀ ਪੈਦਾ ਹੋਣਗੀਆਂ, ਪਰ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਹੁੰਦੇ ਹੋ ਉਹ ਸਥਿਤੀਆਂ ਦੇ ਨਾਲ ਲੜਨ ਦੀ ਤਾਕਤ ਤੁਹਾਡੇ ਅੰਦਰ ਆ ਜਾਂਦੀ ਹੈ।
ਉਹਨਾਂ ਸਥਿਤੀਆਂ ਦੇ ਵਿੱਚ ਤੁਹਾਡਾ ਮਨ ਅਡੋਲ ਰਹਿੰਦਾ ਹੈ, ਡੋਲਦਾ ਨਹੀਂ, ਘਬਰਾਉਂਦੇ ਨਹੀਂ ਤੁਸੀਂ। ਤੁਹਾਡੇ ਅੰਦਰ ਇੱਕ ਯਕੀਨ ਹੁੰਦਾ ਹੈ ਕਿ ਇਸ ਹਾਲਤ ਦੇ ਵਿੱਚ ਵੀ ਉਹ ਪਰਮਾਤਮਾ ਮੇਰੇ ਨਾਲ ਹੀ ਹੈ, ਇਹ ਹਾਲਤ ਵੀ ਉਸ ਪਰਮਾਤਮਾ ਦੀ ਬਖਸ਼ਿਸ਼ ਹੀ ਹੈ। ਇੰਨਾ ਕੁ ਫਰਕ ਹੈ ਨਾਮ ਨਾ ਜਪਣ ਵਾਲੇ ਮਨੁੱਖ ਦਾ ਅਤੇ ਨਾਮ ਜਪਣ ਵਾਲੇ ਦਾ, ਜੋ ਨਹੀਂ ਜਪਦਾ, ਜਿਹਨੇ ਪਰਮਾਤਮਾ ਦੇ ਨਾਲ ਸਾਂਝ ਨਹੀਂ ਪਾਈ ਹੋਈ, ਜੋ ਨਹੀਂ ਜੁੜਿਆ ਪਰਮਾਤਮਾ ਦੇ ਨਾਲ, ਉਹ ਇਹਨਾਂ ਸਥਿਤੀਆਂ ਦੇ ਵਿੱਚ ਘਬਰਾ ਜਾਏਗਾ, ਡਰ ਜਾਏਗਾ, ਵਿਚਲਿਤ ਹੋ ਜਾਏਗਾ। ਪਰ ਤੁਸੀਂ ਨਹੀਂ ਹੋਵੋਗੇ, ਕਿਉਂਕਿ ਤੁਹਾਡਾ ਹੀ ਇਹਨਾਂ ਸਥਿਤੀਆਂ ਨੂੰ ਲੈ ਕੇ ਸੋਚ ਵੱਖਰੀ ਹੈ। ਤੁਸੀਂ ਇਹਨਾਂ ਨੂੰ ਅਣਹੋਣੀ ਨਹੀਂ ਸਮਝਦੇ, ਤੁਸੀਂ ਇਹਨਾਂ ਨੂੰ ਸਧਾਰਨ ਜ਼ਿੰਦਗੀ ਦਾ ਹਿੱਸਾ ਹੀ ਸਮਝਦੇ ਹੋ, ਤੁਸੀਂ ਇਹਨਾਂ ਨੂੰ ਪਰਮਾਤਮਾ ਦੀਆਂ ਬਖਸ਼ਿਸ਼ਾਂ ਹੀ ਸਮਝਦੇ ਹੋ। ਪਾਰ ਬ੍ਰਹਮ ਪਰਮੇਸ਼ਰ ਧਿਆਈਐ, ਗੁਰ ਪੂਰੇ ਤੇ ਇਹ ਮਤ ਪਾਈਐ ਰਹਾਓ। ਉਸ ਪਾਰ ਬ੍ਰਹਮ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਇਹ ਮਤ ਜੋ ਹੈ, ਇਹ ਉਪਦੇਸ਼ ਜੋ ਹੈ, ਅਸੀਂ ਪੂਰੇ ਗੁਰੂ ਦੇ ਪਾਸੋਂ ਹਾਸਲ ਕਰਦੇ ਹਾਂ। ਉਸ ਪਰਮਾਤਮਾ ਦਾ ਨਾਮ ਧਿਆਉਣ ਦੀ ਪ੍ਰੇਰਣਾ ਸਾਨੂੰ ਗੁਰੂ ਪਾਸੋਂ ਮਿਲਦੀ ਹੈ। ਕਰਨ ਕਰਾਵਨ ਹਾਰ ਦਿਆਲ, ਜੀ ਜੰਤ ਸਗਲੇ ਪ੍ਰਤਪਾਲ, ਅਗਮ ਅਗੋਚਰ ਸਦਾ ਬੇਅੰਤਾ, ਸਿਮਰ ਮਨਾ ਪੂਰੇ ਗੁਰਮੰਤਾ। ਆਖਰੀ ਪੰਕਤੀ ਤੋਂ ਸ਼ੁਰੂ ਕਰਦੇ ਹਾਂ ਕਿ ਸਿਮਰ ਮਨਾ ਪੂਰੇ ਗੁਰਮੰਤਾ, ਕਿ ਹੇ ਮੇਰੇ ਮਨ, ਪੂਰੇ ਗੁਰ ਦੇ ਉਪਦੇਸ਼ ਦੇ ਉੱਤੇ ਚੱਲ ਕੇ ਉਸ ਪਰਮਾਤਮਾ ਦਾ ਸਿਮਰਨ ਕਰ। ਕਿਹੜਾ ਪਰਮਾਤਮਾ? ਜਿਹੜਾ ਕਿ ਕਰਨ ਕਰਾਵਨ ਹਾਰ ਦਿਆਲ, ਜਿਹੜਾ ਸਭ ਕੁਝ ਕਰਨ ਦੇ ਵੀ ਯੋਗ ਹੈ, ਜੀਵਾਂ ਦੇ ਪਾਸੋਂ ਸਭ ਕੁਝ ਕਰਵਾਉਣ ਦੇ ਵੀ ਯੋਗ ਹੈ, ਅਤੇ ਜਿਹੜਾ ਦਿਆਲ ਹੈ, ਦਇਆਵਾਨ ਹੈ। ਜੀ ਜੰਤ ਸਗਲੇ ਪ੍ਰਤਪਾਲ, ਜਿਹੜਾ ਸਾਰੇ ਹੀ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ, ਜਿਸ ਦਾ ਆਸਰਾ ਸਹਾਰਾ ਸਾਰੇ ਜੀਵਾਂ ਨੂੰ ਹੈ। ਅਗਮ ਅਗੋਚਰ ਸਦਾ ਬੇਅੰਤਾ, ਅਗਮ ਅਗੋਚਰ ਤੋਂ ਭਾਵ ਅਪਹੁੰਚ, ਜਿਸ ਤੱਕ ਮਨੁੱਖ ਦੀਆਂ ਗਿਆਨ ਇੰਦਰੀਆਂ ਪਹੁੰਚ ਨਹੀਂ ਕਰ ਸਕਦੀਆਂ, ਅਤੇ ਬੇਅੰਤਾ ਜੀ ਦਾ ਅੰਤ ਪਾਇਆ ਨਹੀਂ ਜਾ ਸਕਦਾ। ਕਿ ਹੇ ਮੇਰੇ ਮਨ, ਉਸ ਪਰਮਾਤਮਾ ਦਾ ਸਿਮਰਨ ਕਰ, ਗੁਰੂ ਦੇ ਉਪਦੇਸ਼ ਦੇ ਉੱਤੇ ਚੱਲ ਕੇ, ਜਿਹੜਾ ਕਰਨਹਾਰ ਵੀ ਹੈ, ਕਰਾਵਨਹਾਰ ਵੀ ਹੈ, ਪ੍ਰਤਪਾਲ ਹੈ, ਅਗਮ ਅਗੋਚਰ ਅਤੇ ਬੇਅੰਤ ਹੈ। ਜਾ ਕੀ ਸੇਵਾ ਸਰਬ ਨਿਧਾਨ, ਪ੍ਰਭ ਕੀ ਪੂਜਾ ਪਾਈਐ ਮਾਨ। ਜਿਹੜੇ ਪਰਮਾਤਮਾ ਦੀ ਸੇਵਾ, ਉਹਦਾ ਸਿਮਰਨ ਸਾਰੇ ਹੀ ਖਜ਼ਾਨਿਆਂ ਦੇ ਬਰਾਬਰ ਹੈ। ਜਿਹੜੇ ਪਰਮਾਤਮਾ ਦੀ ਪੂਜਾ ਕੀਤਿਆਂ, ਹਰ ਜਗ੍ਹਾ ਆਦਰ ਮਾਣ ਹਾਸਲ ਕਰੀਦਾ ਹੈ। ਜਾ ਕੀ ਟਹਿਲ ਨਾ ਵਿਰਥੀ ਜਾਏ, ਜਿਸ ਦੀ ਪੂਜਾ ਕਦੇ ਵਿਰਥੀ ਨਹੀਂ ਜਾਂਦੀ। ਟਹਿਲ ਤੋਂ ਭਾਵ ਪੂਜਾ, ਸਿਮਰਨ, ਸਦਾ ਸਦਾ ਹਰ ਕੇ ਗੁਣ ਗਾਏ। ਸਦਾ ਹੀ ਉਸ ਹਰ ਦੇ, ਉਸ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹਨ। ਸੇਵਾ ਬਿਰਥੀ ਨਾ ਜਾਣਾ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਕੋਈ ਵੀ ਕਾਰਜ ਕਰਦੇ ਹਾਂ ਤਾਂ ਕੋਈ ਨਾ ਕੋਈ ਉਦੇਸ਼ ਲੈ ਕੇ ਕਰਦੇ ਹਾਂ ਕਿ ਮੈਂ ਇਹ ਕਾਰਜ ਕਰ ਰਿਹਾ ਹਾਂ ਅਤੇ ਇਹ ਮੇਰਾ ਉਦੇਸ਼ ਹੈ। ਜੇ ਇਸ ਕਾਰਜ ਨੂੰ ਮੈਂ ਸਹੀ ਢੰਗ ਦੇ ਨਾਲ ਕਰ ਲਵਾਂ ਤਾਂ ਮੇਰਾ ਇਹ ਉਦੇਸ਼ ਪੂਰਾ ਹੋ ਜਾਏਗਾ। ਜੇਕਰ ਉਹ ਉਦੇਸ਼ ਪੂਰਾ ਹੋ ਜਾਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਸਾਡੀ ਮਿਹਨਤ ਵਿਰਥੀ ਨਹੀਂ ਗਈ, ਅਤੇ ਜੇਕਰ ਨਹੀਂ ਹੁੰਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਸਾਡੀ ਮਿਹਨਤ ਵਿਰਥੀ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਸਾਡਾ ਪਰਮ ਮਨੋਰਥ ਹੈ ਸਾਡੇ ਮਨ ਨੂੰ ਸਥਿਰਤਾ ਵੱਲ ਨੂੰ ਲੈ ਕੇ ਜਾਣਾ। ਅਤੇ ਜਿੱਥੇ ਕਿਤੇ ਵੀ ਇਹ ਗੱਲ ਹੁੰਦੀ ਹੈ ਕਿ ਉਸ ਪਰਮਾਤਮਾ ਦਾ ਸਿਮਰਨ ਕਰਨ 'ਤੇ ਜੋ ਵੀ ਅਸੀਂ ਸਮਾਂ ਬਤੀਤ ਕਰਦੇ ਹਾਂ ਉਹ ਕਦੇ ਵਿਰਥਾ ਨਹੀਂ ਜਾਂਦਾ, ਗੁਰੂ ਦੀ ਸੇਵਾ ਕਦੇ ਵਿਰਥੀ ਨਹੀਂ ਜਾਂਦੀ, ਤਾਂ ਭਾਵ ਇਹ ਹੁੰਦਾ ਹੈ ਕਿ ਇਹ ਤੁਹਾਨੂੰ, ਤੁਹਾਡੇ ਮਨ ਨੂੰ ਸਥਿਰਤਾ ਵੱਲ ਲੈ ਕੇ ਜਾਂਦੀ ਹੈ। ਗੁਰੂ ਦੀ ਸੇਵਾ, ਉਸ ਪਰਮਾਤਮਾ ਦਾ ਸਿਮਰਨ ਤੁਹਾਨੂੰ ਸਥਿਰਤਾ ਵੱਲ ਨੂੰ ਲੈ ਕੇ ਜਾਂਦਾ ਹੈ, ਅਤੇ ਤੁਸੀਂ ਸਥਿਰਤਾ ਹਾਸਲ ਕਰ ਲੈਂਦੇ ਹੋ। ਅੱਜ ਨਹੀਂ ਤਾਂ ਕੱਲ੍ਹ ਸਮਾਂ ਲੱਗੇਗਾ, ਮਿਹਨਤ ਲੱਗੇਗੀ, ਦ੍ਰਿੜਤਾ ਲੱਗੇਗੀ, ਪਰ ਤੁਸੀਂ ਸਥਿਰ ਹੋ ਜਾਓਗੇ। ਤੁਹਾਡੀ ਇਹ ਮਿਹਨਤ, ਤੁਹਾਡੀ ਇਹ ਲਗਨ ਕਦੇ ਵੀ ਵਿਰਥੀ ਨਹੀਂ ਜਾਏਗੀ। ਇਹਨੂੰ ਐਕਸਪਲੇਨ ਇਸ ਲਈ ਕੀਤਾ ਹੈ ਕਿ ਅਸੀਂ ਕਈ ਵਾਰ ਸੋਚ ਲੈਂਦੇ ਹਾਂ ਕਿ ਮੇਰਾ ਇਹ ਕੰਮ ਨਹੀਂ ਬਣਦਾ ਪਿਆ ਤਾਂ ਮੈਂ ਪਰਮਾਤਮਾ ਦਾ ਸਿਮਰਨ ਕਰ ਲਵਾਂ, ਉਹਦੇ ਅੱਗੇ ਅਰਦਾਸ ਕਰ ਲਵਾਂ ਅਤੇ ਸ਼ਾਇਦ ਮੇਰਾ ਇਹ ਕੰਮ ਬਣ ਜਾਏਗਾ, ਕਿਉਂਕਿ ਉਹਦੇ ਅੱਗੇ ਅਰਦਾਸ ਕੀਤੀ ਕਦੇ ਵਿਰਥੀ ਨਹੀਂ ਜਾਂਦੀ। ਅਸੀਂ ਇਹ ਸੋਚ ਕੇ ਅਰਦਾਸ ਕਰਦੇ ਹਾਂ, ਪਰ ਸਾਡੀ ਇਹ ਧਾਰਨਾ ਗਲਤ ਹੁੰਦੀ ਹੈ।
ਇਹ ਨਹੀਂ ਹੈ ਕਿ ਉਸ ਪਰਮਾਤਮਾ ਅੱਗੇ ਅਰਦਾਸ ਕੀਤਿਆਂ ਸਾਡਾ ਕੰਮ ਪੂਰਾ ਹੋ ਜਾਂਦਾ ਹੈ। ਸਾਡਾ ਕੰਮ ਪੂਰਾ ਹੋਏਗਾ ਜਾਂ ਨਹੀਂ ਇਹ ਨਿਰਭਰ ਕਰਦਾ ਹੈ ਕਿ ਅਸੀਂ ਕਿੰਨੀ ਕੁ ਮਿਹਨਤ ਕੀਤੀ ਹੈ, ਕਿਸ ਪ੍ਰਕਾਰ ਦੀ ਮਿਹਨਤ ਕੀਤੀ ਹੈ। ਜੋ ਕੁਝ ਵੀ ਉਸ ਕਾਰਜ ਨੂੰ ਕਰਨ ਦੇ ਲਈ ਸਾਨੂੰ ਕਰਨਾ ਚਾਹੀਦਾ ਸੀ ਕਿ ਅਸੀਂ ਉਹ ਕੀਤਾ ਹੈ ਜਾਂ ਨਹੀਂ, ਇਹਦੇ 'ਤੇ ਨਿਰਭਰ ਕਰਦਾ ਹੈ ਕਿ ਸਾਡਾ ਉਹ ਕਾਰਜ ਨੇਪਰੇ ਚੜ੍ਹੇਗਾ ਜਾਂ ਨਹੀਂ। ਪਰ ਹਾਂ, ਉਹ ਕਾਰਜ ਨੇਪਰੇ ਚੜ੍ਹਦਾ ਹੈ ਜਾਂ ਨਹੀਂ ਚੜ੍ਹਦਾ, ਦੋਨਾਂ ਹੀ ਸਥਿਤੀਆਂ ਦੇ ਵਿੱਚ ਅਸੀਂ ਰਿਐਕਟ ਕਿੱਦਾਂ ਕਰਾਂਗੇ, ਇਸ ਚੀਜ਼ ਦੇ ਵਿੱਚ ਪਰਮਾਤਮਾ ਅੱਗੇ ਕੀਤੀ ਹੋਈ ਅਰਦਾਸ ਜ਼ਰੂਰ ਮਦਦ ਕਰਦੀ ਹੈ। ਉਹ ਅਜਿਹਾ ਮਦਦ ਕਰਦੀ ਹੈ ਕਿ ਅਸੀਂ ਜੇ ਕਾਰਜ ਨੇਪਰੇ ਨਾ ਵੀ ਚੜ੍ਹੇ ਤਾਂ ਵੀ ਡੋਲਦੇ ਨਹੀਂ, ਤਾਂ ਵੀ ਅਸੀਂ ਸਥਿਰ ਰਹਿੰਦੇ ਹਾਂ। ਇਸ ਪੱਖ ਤੋਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਜੋ ਮਿਹਨਤ ਸੀ ਉਹ ਬਿਰਥੀ ਨਹੀਂ ਗਈ। ਅੱਗੇ ਚੱਲਦੇ ਹਾਂ। ਕਰ ਕਿਰਪਾ ਪ੍ਰਭ ਅੰਤਰਜਾਮੀ, ਸੁੱਖ ਨਿਧਾਨ ਹਰ ਅਲਖ ਸੁਆਮੀ, ਜੀ ਜੰਤ ਤੇਰੀ ਸਰਣਾਈ, ਨਾਨਕ ਨਾਮ ਮਿਲੈ ਵਡਿਆਈ। ਗੁਰੂ ਜੀ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਨ ਕਿ ਹੇ ਅੰਤਰਜਾਮੀ ਪਰਮਾਤਮਾ, ਦਿਲਾਂ ਦੀਆਂ ਜਾਣਨ ਵਾਲੇ ਪਰਮਾਤਮਾ, ਹੇ ਸੁੱਖ ਨਿਧਾਨ ਹਰੀ, ਸੁੱਖਾਂ ਦੇ ਖਜ਼ਾਨੇ ਪਰਮਾਤਮਾ, ਹੇ ਅਦ੍ਰਿਸ਼ਟ ਸੁਆਮੀ। ਇਹਨਾਂ ਤਿੰਨਾਂ ਹੀ ਨਾਵਾਂ ਦੇ ਨਾਲ ਗੁਰੂ ਜੀ ਨੇ ਉਸ ਪਰਮਾਤਮਾ ਨੂੰ ਸੰਬੋਧਨ ਕੀਤਾ ਹੈ ਅਤੇ ਅੱਗੇ ਅਰਦਾਸ ਕੀਤੀ ਹੈ ਕਿ ਕਰ ਕਿਰਪਾ, ਕਿ ਹੇ ਪਰਮਾਤਮਾ ਮੇਰੇ 'ਤੇ ਕਿਰਪਾ ਕਰ। ਜੀ ਜੰਤ ਤੇਰੀ ਸਰਣਾਈ, ਸਾਰੇ ਹੀ ਜੀਵ ਜੰਤੂਆਂ ਨੂੰ ਤੇਰਾ ਆਸਰਾ ਹੈ, ਤੇਰਾ ਸਹਾਰਾ ਹੈ, ਅਤੇ ਮੈਂ ਵੀ ਤੇਰੇ ਆਸਰੇ ਦੇ ਵਿੱਚ ਆਇਆ ਹਾਂ, ਤੇਰੀ ਸ਼ਰਨ ਦੇ ਵਿੱਚ ਆਇਆ ਹਾਂ। ਨਾਨਕ ਨਾਮ ਮਿਲੈ ਵਡਿਆਈ, ਨਾਨਕ ਦੇ ਉੱਤੇ ਕਿਰਪਾ ਕਰ ਕਿ ਉਹਨੂੰ ਤੇਰਾ ਨਾਮ ਪ੍ਰਾਪਤ ਹੋ ਜਾਏ, ਉਹਨੂੰ ਤੇਰੇ ਨਾਮ ਦੀ ਵਡਿਆਈ ਹਾਸਲ ਹੋ ਜਾਏ। ਗੌੜੀ ਗੁਆਰਰੀ ਮਹਿਲਾ ਪੰਚਵਾਂ। ਜੀ ਜੁਗਤ ਜਾ ਕੈ ਹੈ ਹਾਥ, ਸੋ ਸਿਮਰੋ ਅਨਾਥ ਕੋ ਨਾਥ। ਪ੍ਰਭ ਚਿੱਤ ਆਏ ਸਭ ਦੁੱਖ ਜਾਏ, ਭੈ ਸਭ ਵਿਨਸੈ ਹਰ ਕੈ ਨਾਏ। ਜੀ ਜੁਗਤ ਜਾ ਕੈ ਹੈ ਹਾਥ, ਜਿੰਨੇ ਵੀ ਜੀਵ ਜੰਤੂ ਇਸ ਸੰਸਾਰ ਦੇ ਵਿੱਚ ਮੌਜੂਦ ਹਨ ਉਹਨਾਂ ਸਾਰਿਆਂ ਨੂੰ ਉਸ ਪਰਮਾਤਮਾ ਦਾ ਆਸਰਾ ਹੈ। ਸੋ ਸਿਮਰੋ ਅਨਾਥ ਕੋ ਨਾਥ, ਜਿਹੜਾ ਅਨਾਥਾਂ ਦਾ ਵੀ ਨਾਥ ਹੈ, ਸਹਾਰਾ ਹੈ, ਉਹਨੂੰ ਸਿਮਰੋ, ਉਸ ਪਰਮਾਤਮਾ ਦਾ ਸਿਮਰਨ ਕਰੋ। ਪ੍ਰਭ ਚਿੱਤ ਆਏ ਸਭ ਦੁੱਖ ਜਾਏ, ਜਦੋਂ ਪਰਮਾਤਮਾ ਮਨ ਦੇ ਵਿੱਚ ਆਉਂਦਾ ਹੈ ਤਾਂ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਨੇ। ਪਰਮਾਤਮਾ ਦਾ ਨਾਮ ਲਿਆ ਹੀ ਮਨ ਨੂੰ ਚੈਨ ਮਿਲਦਾ ਹੈ। ਭੈ ਸਭ ਬਿਨਸੈ ਹਰ ਕੈ ਨਾਏ, ਉਸ ਪਰਮਾਤਮਾ ਦਾ ਨਾਮ ਲਿਆ ਦੁਨੀਆਂ ਦੇ ਸਾਰੇ ਡਰ ਬਿਨਸ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਬਿਨ ਹਰ ਭਉ ਕਾਹੇ ਕਾ ਮਾਨੇ, ਕਿ ਹੇ ਮੇਰੇ ਮਨ, ਉਸ ਪਰਮਾਤਮਾ ਤੋਂ ਬਿਨਾਂ ਤੂੰ ਹੋਰ ਕਿਹਦਾ ਡਰ ਮੰਨਦਾ ਹੈ ਅਤੇ ਕਿਉਂ ਮੰਨਦਾ ਹੈ। ਹਰ ਵਿਸਰਤ ਕਾਹੇ ਸੁੱਖ ਜਾਨੇ, ਰਹਾਉ ਜੇ ਉਸ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚੋਂ ਵਿਸਾਰ ਰੱਖਿਆ ਹੈ ਤਾਂ ਫਿਰ ਸੁੱਖਾਂ ਦੀ ਕਲਪਨਾ ਕਿਉਂ ਕਰਦਾ ਹੈ। ਹਰ ਵਿਸਰਤ ਕਾਹੇ ਸੁੱਖ ਜਾਨੇ, ਜੋ ਸੁੱਖਾਂ ਨੂੰ ਬਖਸ਼ਣ ਵਾਲਾ ਹੈ, ਜਦ ਉਹਨੂੰ ਆਪਣੇ ਮਨ ਦੇ ਵਿੱਚ ਨਹੀਂ ਵਸਾਇਆ ਹੋਇਆ ਤਾਂ ਫਿਰ ਸੁੱਖ ਕਿੱਥੋਂ ਮਿਲਣੇ ਨੇ। ਸੋ ਡਰ ਮੰਨੀਏ ਤਾਂ ਸਿਰਫ ਉਸ ਪਰਮਾਤਮਾ ਦਾ, ਅਤੇ ਜੇ ਸੁੱਖਾਂ ਦੀ ਕਾਮਨਾ ਕਰਦੇ ਹਾਂ ਤਾਂ ਉਸ ਪਰਮਾਤਮਾ ਨੂੰ ਮਨ ਦੇ ਵਿੱਚ ਵਸਾ ਕੇ ਰੱਖੀਏ। ਜਿਨ ਧਾਰੇ ਬਹੁ ਧਰਨ ਅਗਾਸ, ਜਾ ਕੀ ਜੋਤ ਜੀ ਪ੍ਰਗਾਸ, ਜਾ ਕੀ ਬਖਸ ਨਾ ਮੇਟੈ ਕੋਏ, ਸਿਮਰ ਸਿਮਰ ਪ੍ਰਭ ਨਿਰਭਉ ਹੋਏ। ਜਿਨ ਧਾਰੇ ਬਹੁ ਧਰਨ ਅਗਾਸ, ਧਰਨ ਤੋਂ ਭਾਵ ਧਰਤੀ, ਅਗਾਸ ਤੋਂ ਭਾਵ ਆਕਾਸ਼, ਉਸ ਪਰਮਾਤਮਾ ਨੂੰ ਧਿਆ। ਜਿਨ ਧਾਰੇ, ਕਿ ਉਸ ਪਰਮਾਤਮਾ ਦਾ ਧਿਆਨ ਧਰ, ਜਿਹੜਾ ਕਿ ਬਹੁਤ ਸਾਰੀਆਂ ਧਰਤੀਆਂ ਅਤੇ ਆਕਾਸ਼ਾਂ ਦਾ ਸਹਾਰਾ ਹੈ। ਜਾ ਕੀ ਜੋਤ ਜੀ ਪ੍ਰਗਾਸ, ਜਿਹਦੀ ਜੋਤ ਹਰ ਇੱਕ ਜੀਵ ਜੰਤੂ ਦੇ ਅੰਦਰ ਵਸਦੀ ਹੈ, ਜਿਹਦੀ ਜੋਤ ਨੇ ਹਰ ਇੱਕ ਜੀਵ ਦੇ ਮਨ ਦੇ ਅੰਦਰ ਚਾਨਣ ਕੀਤਾ ਹੋਇਆ ਹੈ। ਜਾ ਕੀ ਬਖਸ਼ ਨਾ ਮੇਟੈ ਕੋਏ, ਜਿਹਦੀਆਂ ਬਖਸ਼ਿਸ਼ਾਂ ਨੂੰ ਕੋਈ ਮਿਟਾ ਨਹੀਂ ਸਕਦਾ। ਸਿਮਰ ਸਿਮਰ ਪ੍ਰਭ ਨਿਰਭਉ ਹੋਏ, ਕਿ ਉਸ ਪਰਮਾਤਮਾ ਦਾ ਸਿਮਰਨ ਕਰ, ਜਿਹਦਾ ਸਿਮਰਨ ਕੀਤਿਆਂ ਸਾਡਾ ਮਨ ਨਿਰਭਉ ਹੋ ਜਾਂਦਾ ਹੈ, ਸਾਡੇ ਮਨ ਦੇ ਅੰਦਰੋਂ ਦੁਨਿਆਵੀ ਡਰ ਖਤਮ ਹੋ ਜਾਂਦੇ ਨੇ। ਆਠ ਪਹਿਰ ਸਿਮਰੋ ਪ੍ਰਭ ਨਾਮ,
उस परमात्मा का नाम अठे पैर सिमरना चाहिंदा है। हर वक्त उस परमात्मा नू चेते दे विच रखना चाहिंदा है। अनक तीर्थ मजन इसनान, इहदे विच ही अनेक प्रकार दे तीर्थ इशनान हन। पार ब्रह्म की सरणी पाहे, कोट कलंक खिन मह मिट जाहे। जदों तुसी उस परमात्मा दे शरण दे विच जा पैंदे हो, अपना आपा त्याग के अपने आप नू उस परमात्मा दे हवाले कर दिंदे हो कि हे परमात्मा मैं तेरी रजा दे विच खुश हाँ, तां उस वक्त तुहाडे करोड़ां ही कलंक, कोट कलंक भाव कि करोड़ां कलंक, करोड़ां पाप खिन मह मिट जाए, एक पल भर दे विच मिट जांदे ने। बेमोहताज पूरा पात साहो, प्रभ सेवक साचा वे साहो। जो ओह पूरा पातशाह परमात्मा है, उन्हों किसी की मुथाजी नहीं, वो अपने आप दे विच ही सब कुछ है। ते जेड़े उस परमात्मा दे सेवक हन, प्रभ सेवक साचा वे साहो, उन्हां नू सिर्फ उस सच्चे परमात्मा दा भरोसा है। उन्होंने अपने आप नू उस परमात्मा दे हवाले कीता होया है, ते वह भी पूरी भरोसगी दे नाल कि ये परमात्मा सानू कदे भी डिगण नहीं देगा, कदे भी साडा दिल नहीं तोड़ेगा। इन्ने भरोसे दे नाल परमात्मा दे सेवकां ने अपने आप नू उस परमात्मा नू सौंपिया होया है। गुरपूरा राखे दे हाथ, नानक पार ब्रह्म सम्राट। हे नानक, जो परमात्मा है वह सब कुछ करन दे समर्थ है, ते ओ परमात्मा पूरे गुरु दे राही अपने सेवकां नू हाथ दे के रखदा है, उन्हां दी रख्या करदा है विकारां दे हल्लियां तों। गौड़ी गुआररी महला पंजमा, गुरप्रसाद नाम मन लागा, जन्म जन्म का सोया जागा। अमृत गुण उचरै प्रभ बाणी, पूरे गुर ते सुमत प्राणी। गुरप्रसाद तो भाव गुरु की कृपा दे नाल, कि गुरु की कृपा दे नाल जिहड़े मनुख दा मन उस परमात्मा दे नाम दे विच लग गया है, जिहदी बिरती उस परमात्मा दे नाल जुड़ गई है, जन्म जन्म का सोया जागा, कि वह जन्म जन्मांतरां तों संसारक माया दी मोह दे विच सुत्ता होया भी जाग उठदा है। अमृत गुण उचरै प्रभ बाणी, पूरे गुर की सुमत प्राणी। जिस प्राणी नूं, जिस जीव नूं पूरे गुरु ने समत बख्श दित्ती, जिन्हें पूरे गुरु की गल नूं समझ लिया, वह परमात्मा दे गुण उचारदा है, अमृत रूप परमात्मा का नाम जपदा है। प्रभ सिमरत कुशल सब पाए, घर बाहर सुख सहज सबाए रहाओ। परमात्मा नू सिमरिया सारे ही कुशल प्राप्त कर ले जाते हैं। कुशल तो भाव सुख, जदों असी परमात्मा का सिमरन करते हाँ तो सारे ही सुख हासिल कर लेंगे हाँ। घर बाहर असी अपने हिरदे घर के अंदर भी, तो दुनिया के विच विचरदे हुए भी सुख सहज सबाए, सुख अते आनंद की अवस्था दे विच समाए रहिंदे हां। सोई पछाता जिन्हें उपाया, कर किरपा प्रभ आप मिलाया। जिस जीव दे उपर परमात्मा किरपा करके खुद अपने आप दे नाल मिलाउंदा है, ओ जीव उसे नू ही पछाण लैंदा है। सोई पछाता जिन्हें उपाया, कि जिन्हें उस जीव नू बनाया है। असी सब जानते हाँ कि सानू उस परमात्मा ने ही उपजिया है। सो जदों परमात्मा साडे उपर मेहर करके आप सानू प्रेरित करता है कि असी पूरे गुरु नू जा मिलिए, गुरु पासों उदा नाम सिमरन सिखीए, उदे नाम दी दात लईए, उदे नाल सांझ बनाईए, जदों परमात्मा आप साडे ते अजिही कृपा करता है, तां असी सानू उपजाउण वाले उस परमात्मा नू ही पछाण लैंदे हाँ, उदे नाल सांझ कायम कर लैंदे हाँ। बाहा पकर लीनो कर अपना, हर हर कथा सदा जप जपना। जिहड़े मनुख नू परमात्मा ने खुद बाहों फड़ के अपने आप दे विच लीन कर लिया है, वह मनुख सदा उस परमात्मा की कथा करता रहिंदा है, उदा नाम जपदा रहिंदा है। मंत्र तंत्र औखद पुनोचार, हर हर नाम जी प्राण आधार। उस मनुख दे लई
उस परमात्मा का नाम ही मंत्र तंत्र हो जाता है, उस परमात्मा का नाम ही औखद भाव के दवाई हो जाता है, परमात्मा का नाम ही पुनोचार हो जाता है। पुनोचार उस कार्ज नूं कहा जाता है, जां कह लईए कि उस धार्मिक कार्ज नूं कहा जाता है जो असी प्रायश्चित दे रूप दे विच करदे हां। जदों साडे तों कोई पाप हो जाए तां उहदा प्रायश्चित करन दे लई असी धार्मिक कार्जां दा सहारा लैंदे हां, उहनूं पुनोचार कहा जाता है। ते गुरु जी कहिंदे ने कि उस परमात्मा दे सेवकां दे लई परमात्मा दा नाम ही पुनोचार भी है। हर हर नाम जी प्राण आधार, उस जीव दे लई परमात्मा दा नाम ही उहदे प्राणा दा आसरा है। साचा धन पायो हर रंग, उस परमात्मा दे नाम रंग दे विच जिहड़ा मनुख रंगिया गया उह सच्ची पूंजी हासिल करदा है जिहड़ी उहदे नाल चलदी है। परमात्मा दे नाम धन दी पूंजी अजिही पूंजी है जिहड़ी दुख सुख हर प्रकार दी घड़ी दे विच थोड़ा साथ देंदी है, थोड़े मन नूं स्थिर रखदी है। दुत्तर तरे साधकै संग, इह संसार समुंदर जिहड़ा कि बहुत कठिन है, दुत्तर तो भाव कठिन, इस संसार समुंदर नूं तरना बड़ा कठिन है, पर जदों साधुआं दे नाल असी रल जाइए, गुरु दा साथ साडे नाल होवे तां इहनूं तरना सौखा हो जांदा है। सुख वैसो संत सजन परिवार, हे संत जनों, आनंदमई हो के एक परिवार दे रूप दे विच सज बैठो, ते सज के ते सुख वैसो संत सजन परिवार, ते सज के हर धन खटियो जाका नाहे सुमार। इस प्रकार सज के उस परमात्मा दा नाम धन खटिए जिहदा कोई सुमार नहीं, जिहदा कोई अंत नहीं। जिसै प्राप्त तिस गुर दे नानक विरथा कोई ना है। जिहदे भागां दे विच उस परमात्मा दा नाम लिखिया होया है, गुरु उन्नू ये दात बख्श देंदा है। गुरु दे दर ते आके कोई भी खाली नहीं जांदा। सो इस दे नाल ही श्री गुरु ग्रंथ साहिब जी दे 184वें अंग दी बाणी दी व्याख्या दी समाप्ति हुंदी है जी। उम्मीद करते हाँ अज दी व्याख्या दे विचों भी तुहानू कुछ ना कुछ सीखण नू मिलिया होएगा। साढ़े जीवन का असल मनोरथ की है, ये बारे असी पहले ही शब्द के जाणिया कि श्री गुरु ग्रंथ साहिब जी के अनुसार साडा अटल मनोरथ है अपने मन में स्थिरता वल लेके जाना, तो परमात्मा का नाम सिमरन उस कार्ज के साड़ी पूरी पूरी सहायता करता है। परमात्मा का नाम सिमरन ही एक अजिही शक्ति है, अजिही ताकत है साढ़े लिए जिहड़ी हर प्रकार की स्थिति दे विच साडे नाल है, ते साडे मन नूं स्थिर रखण दे विच साडी मदद करदी है। सो इसे लई ही परमात्मा दा नाम सिमरन एक बहुत महत्वपूर्ण कार्ज है जो ज़्यादा तो ज़्यादा सानू करना चाहिंदा है। सब तो सौखा तरीका है कि सदा उस परमात्मा नूं अपने मन दे विच याद रखिए, एक पल दे लई भी उहनूं अपने मन दे विचों भुलाइए ना। हमेशा याद रखिए कि वह परमात्मा साडे नाल है। जिंदगी किहो जिहे भी हालात पैदा करे उन्हां नूं उस परमात्मा की नियामत ही समझिए। इसे संदेश दे नाल ही फतेह कबूल करो जी। वाहिगुरु जी का खालसा, वाहिगुरु जी की फतेह।